ਉੱਥੇ ਕਾਫੀ ਤੇਜ਼ ਸੀਗਾ ਕੱਲ ਵਧੀਆ ਸੀਗਾ ਇਹ ਵੀਕ ਪ੍ਰੈਡਿਕਸ਼ਨ ਤਾਂ ਆਹੀ ਸੀਗੀ ਸਾਰਾ ਹਫ਼ਤਾ ਮੀਂਹ ਪੈਣਾ ਆ ਥੋੜ੍ਹੇ 4-5 ਨਿਆਣੇ ਨੇ ਜਦੋਂ ਦੀ ਮੈਂ ਟ੍ਰੇਲ ਤੇ ਚੱਲਣਾ ਸ਼ੁਰੂ ਕੀਤਾ ਉਦੋਂ ਦੀ ਉਰੇ ਬੈਠੇ ਹੋਏ ਆ ਵਿਚਕਾਰ ਜੀ ਹੁਣ ਕਹਿਣ ਵਾਲੇ ਹੁੰਦੇ ਆ ਹਨਾ ਵੀ ਇੰਡੀਅਨਸ ਆਉਂਦੇ ਆ ਉਰੇ ਬੱਚੇ ਹੁੰਦੇ ਆ ਸਟੂਡੈਂਟ ਆਉਂਦੇ ਆ ਗੰਦ ਪਾਉਂਦੇ ਆ ਸੋ ਆ ਵੇਖ ਲਓ ਆ 4-5 ਸਕੂਲ ਵਾਲੇ ਨਿਆਣੇ ਸੀਗੇ ਤੇ ਉਰੇ ਬੈਠੇ ਹੋਏ ਸੀਗੇ ਖਾ ਪੀ ਕੇ ਤੇ ਆਪਣਾ ਇੱਥੇ ਹੀ ਸਮਾਨ ਸੁੱਟ ਕੇ ਚਲੇ ਗਏ हेलो एवरी वन सत श्री अकाल सो आई एम बैक विद माई न्यू ब्लॉग सो अज मेरा सीगा डे ऑफ तो मैं चली हाँ जिम जिम मेरे घर तो 2 किलोमीटर की वॉक पे आ तो छुट्टी वाले दिन टाइम खुला होंगे तो बंदा सोचता चल वॉक करके चल जाइए गड्डी तो यही लैके जानी है वैसे भी कार से पेट्रोल घट सी तो मैं सोचा चलो वॉक करके चलते हैं फिर अच्छ तो मौसम भी बहुत सोहना हो रहा ठंडी ठंडी हवा चल रही है बदल बने पे है तो टाइम आ गया अक्टूबर फॉल सीजन तो मोस्ट इंपोर्टेंटली हैलोवीन सीजन सो मैं ਕਿਉਂਕਿ ਚਲੋ ਤੁਰਦੇ ਤੁਰਦੇ ਜਾਂਦੇ ਹਾਂ ਨਾਲੇ ਘਰਾਂ ਦੀ ਡੈਕੋਰੇਸ਼ਨ ਦੇਖਣੀ ਸ਼ੁਰੂ ਕਰ ਦਿੰਦੇ ਹਾਂ ਜਿਵੇਂ ਅਕਟੂਬਰ ਸ਼ੁਰੂ ਹੁੰਦਾ ਸਾਰਿਆਂ ਨੇ ਆਪਣੀ ਮਤਲਬ ਫਾਲ ਡੈਕੋਰੇਸ਼ਨਸ ਅਤੇ ਹੈਲੋਵੀਨ ਡੈਕੋਰੇਸ਼ਨਸ ਬਾਹਰ ਕੱਢਣੀ ਸ਼ੁਰੂ ਕਰ ਦਿੰਦੇ ਆ ਅਤੇ ਉਹ ਆਪਣੀ ਹੈਲੋਵੀਨ ਡੈਕੋਰੇਸ਼ਨ ਦੇਖ ਰਹੇ ਇੱਕ ਘਰ ਬਹੁਤ ਜ਼ਿਆਦਾ ਸੋਹਣਾ ਸਜਾਇਆ ਹੋਇਆ ਸੀਗਾ ਮੈਂ ਹੁਣ ਤੁਹਾਨੂੰ ਦਿਖਾਉਂਦੀ ਹਾਂ ਅਤੇ ਰਾਤੀ ਉਹਨਾਂ ਦੀ ਲਾਈਟਿੰਗ ਵੀ ਬਹੁਤ ਸੋਹਣੀ ਹੁੰਦੀ ਹੈ ਜੇ ਮੈਨੂੰ ਰਾਤੀ ਮੌਕਾ ਲੱਗਿਆ ਮੇਰੇ ਘਰ ਦੇ ਨੇੜੇ ਹੀ ਆ ਮੈਂ ਰਾਤੀ ਵੀ ਤੁਹਾਨੂੰ ਦਿਖਾਉਂਗੀ ਉਹਦੀ ਵੀਡੀਓ ਬਣਾ ਕੇ ਅਤੇ ਸਾਰੇ ਨਹੀਂ ਕਰਦੇ ਬਟ ਮੋਸਟਲੀ ਜਿਹਨਾਂ ਦੇ ਛੋਟੇ ਬੱਚੇ ਹੁੰਦੇ ਆ ਉਹਨਾਂ ਨੂੰ ਵਧੀਆ ਲੱਗਦਾ ਡੈਕੋਰੇਸ਼ਨਸ ਕਰਨੀਆਂ ਵੀ ਆਪਦੇ ਬੱਚੇ ਵਾਸਤੇ ਕਰਦੇ ਆ ਅਤੇ ਹੈਲੋਵੀਨ ਦੇ ਟਾਈਮ ਇਹ ਮੌਸਮ ਮਤਲਬ ਕਹਿਣਾ ਚਾਹੀਦਾ ਵੀ ਸਾਰਿਆਂ ਨੇ ਡੈਕੋਰੇਸ਼ਨਸ ਕਰਨੀਆਂ ਹੁੰਦੀਆਂ ਬਹੁਤ ਸੋਹਣਾ ਲੱਗਦਾ ਅਤੇ ਆਹ ਸਾਹਮਣੇ ਆ ਰਿਹਾ ਉਹ ਘਰ ਜਿਹਨਾਂ ਨੇ ਪੂਰੀ ਡੈਕੋਰੇਸ਼ਨ ਕੀਤੀ ਹੋਈ ਆ ਹਾਲੇ ਪੂਰੀ ਸਟਰੀਟ 'ਤੇ ਮਤਲਬ ਇੱਕ ਇਹ ਘਰ ਆ ਇੱਕ ਨਾਲ ਥੋੜ੍ਹਾ ਜਿਹਾ ਉਹਨਾਂ ਨੇ ਥੋੜ੍ਹੀ ਬਹੁਤ ਕੀਤੀ ਹੋਈ ਆ ਤਾਂ ਦੇਖੋ ਸਭ ਤੋਂ ਉੱਪਰ ਤੁਹਾਨੂੰ ਉਹਨਾਂ ਦੀ ਛੱਤ 'ਤੇ ਮੱਕੜੀ ਦਿਖ ਰਹੀ ਹੈ ਜਾਲੇ ਦਿਖ ਰਹੇ ਆ ਅਤੇ ਅੱਗੇ ਮੌਸਮ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਹੋ ਰੱਖਿਆ ਤੁਸੀਂ ਦੇਖ ਸਕਦੇ ਹੋ ਬੱਦਲ ਬਣੇ ਹੋਏ ਆ ਪਰ ਧੁੱਪ ਹੈਗੀ ਆ ਧੁੱਪ ਨਿੱਘੀ ਆ ਅਤੇ ਹਵਾ ਠੰਡੀ ਚੱਲ ਰਹੀ ਹੈ ਸੋ ਉਹਨੂੰ ਕਹਿੰਦੇ ਆ ਨਾ ਮਤਲਬ ਪਰਫੈਕਟ ਮੌਸਮ ਆ ਨਾ ਗਰਮੀ ਲੱਗੂਗੀ ਨਾ ਠੰਡ ਲੱਗੂਗੀ ਬਹੁਤ ਹੀ ਸੋਹਣਾ ਚੱਲ ਰਿਹਾ ਇਸ ਟਾਈਮ ਧੁੱਪ ਵੀ ਨਿਕਲੀ ਹੋਈ ਆ ਅਤੇ ਬੱਦਲ ਵੀ ਹੈਗੇ ਆ ਕੱਲ੍ਹ ਸਾਰਾ ਦਿਨ ਮੋਸਟਲੀ ਮੀਂਹ ਪਿਆ ਸਾਰਾ ਦਿਨ ਤਾਂ ਨਹੀਂ ਸਵੇਰੇ ਸਵੇਰੇ ਪਿਆ ਸੀਗਾ ਅਤੇ ਕਾਫੀ ਤੇਜ਼ ਸੀਗਾ ਕੱਲ੍ਹ ਵਧੀਆ ਸੀਗਾ ਇਹ ਵੀਕ ਪ੍ਰੈਡਿਕਸ਼ਨ ਤਾਂ ਆਹੀ ਸੀਗੀ ਸਾਰਾ ਹਫ਼ਤਾ ਮੀਂਹ ਪੈਣਾ ਆ ਵੀ ਥੋੜ੍ਹੀ ਗਰਮੀ ਘੱਟ ਜੂਗੀ ਅਕਟੂਬਰ ਦਾ ਫਸਟ ਵੀਕ ਤਾਂ ਬਹੁਤ ਹੀ ਜ਼ਿਆਦਾ ਗਰਮੀ ਸੀਗੀ ਮਤਲਬ ਇੰਨੀ ਤਾਂ ਜੂਨ ਦੇ ਮਹੀਨੇ 'ਚ ਗਰਮੀ ਨਹੀਂ ਸੀ ਪਈ ਜਿੰਨੀ ਅਕਟੂਬਰ ਦੇ ਫਸਟ ਮੰਥ 'ਚ ਪਈ ਸੀਗੀ ਟੈਂਪਰੇਚਰ ਹਾਈਐਸਟ ਮਤਲਬ 30 ਦੇ ਉੱਪਰ ਚੱਲ ਰਿਹਾ ਸੀਗਾ ਅਤੇ ਹੁਣ ਇਸ ਹਫ਼ਤੇ ਸਾਰੀ ਬੱਦਲ ਹੈਗੇ ਆ ਹਵਾ ਚੱਲ ਰਹੀ ਹੈ ਤਾਂ ਟੈਂਪਰੇਚਰ ਘਟਣਾ ਸ਼ੁਰੂ ਹੋ ਗਿਆ ਹੁਣ ਇਸ ਟਾਈਮ ਅਤੇ ਏਸੀ ਦੀ ਵੀ ਜ਼ਰੂਰਤ ਨਹੀਂ ਪੈ ਰਹੀ ਘਰ ਏਸੀ ਬੰਦ ਹੀ ਕਰਤਾ ਸੀ ਹੁਣ ਮੈਂ ਤੁਰਦੀ ਜਾ ਰਹੀ ਹਾਂ ਅਤੇ ਧੁੱਪ ਬਿਲਕੁਲ ਹੀ ਖਤਮ ਹੋ ਗਈ ਆ ਅਤੇ ਠੰਡ ਵਧਣੀ ਸ਼ੁਰੂ ਹੋ ਗਈ ਆ ਹਵਾ ਵੀ ਕਾਫੀ ਤੇਜ਼ ਚੱਲ ਰਹੀ ਹੈ ਅਤੇ ਮੇਰੇ ਘਰ ਤੋਂ ਮਤਲਬ ਇਹ ਮੇਨ ਰੋਡ ਆਉਂਦੀ ਆ ਅਤੇ ਵਿੱਚੋਂ ਦੀ ਟ੍ਰੇਲ ਨਿਕਲ ਜਾਂਦੀ ਆ ਜੋ ਕਿਸੇ ਦੀ ਜਿਮ ਕੋਲ ਨਿਕਲਦੀ ਆ ਸੋ ਆ ਸ਼ਾਇਦ 1 ਕਿਲੋਮੀਟਰ ਲੰਬੀ ਟ੍ਰੇਲ ਆ 1.5 ਕਿਲੋਮੀਟਰ ਲੰਬੀ ਟ੍ਰੇਲ ਆ ਅਤੇ ਇਹਨੇ ਮਤਲਬ ਪੂਰਾ ਇਹੀ ਰਸਤੇ ਜਾਣਾ ਅਤੇ ਉੱਥੇ ਕੋਈ ਗੱਡੀਆਂ ਕੁਛ ਨਹੀਂ ਸਿਰਫ ਟ੍ਰੇਲ ਆ ਅਤੇ ਤੁਸੀਂ ਸਾਈਕਲਿੰਗ ਕਰ ਸਕਦੇ ਹੋ ਜਾਂ ਫਿਰ ਵਾਕ ਕਰ ਸਕਦੇ ਹੋ ਸੋ ਇਹ ਹੋ ਗਈ ਟ੍ਰੇਲ ਸ਼ੁਰੂ ਇਹਦਾ ਨਾਮ ਆ ਕ੍ਰੌਫਰਡ ਟ੍ਰੇਲ ਅਤੇ ਇਹ ਬਿਲਕੁਲ ਹੁਣ ਸਿੱਧਾ ਮੇਨ ਰੋਡ ਤੱਕ ਜਾਊਗੀ ਇੱਦਾਂ ਹੀ ਛੋਟੀ ਜਿਹੀ ਟ੍ਰੇਲ ਆ ਅਤੇ ਇੱਥੇ ਮੋਸਟਲੀ ਲੋਕ ਵਾਕ ਕਰਦੇ ਆ ਆਪਣੇ ਡੌਗਸ ਨੂੰ ਲੈ ਕੇ ਆਉਂਦੇ ਆ ਜਾਂ ਸਾਈਕਲਿੰਗ ਕਰਦੇ ਹੁੰਦੇ ਆ ਅਤੇ ਇਹੀ ਆ ਅਤੇ ਕਿੰਨੀ ਸੋਹਣੀ ਲੱਗ ਰਹੀ ਹੈ ਨਾ ਇਸ ਟਾਈਮ ਸਾਰੇ ਪੱਤੇ ਡੇ ਥੱਲੇ ਡਿੱਗੇ ਹੋਏ ਆ ਬਹੁਤ ਹੀ ਸੋਹਣਾ ਕਲਰ ਲੱਗ ਰਿਹਾ ਇੱਥੇ ਦਾ
जिमें कि तुसी देख सकते हो पिछे सारे पत्ते ग्रीन या येलो या रेड होंगे, थोड़े बहुत पत्ते रेड आए इस ट्रेल पर क्योंकि इतने शायद बहुत ज़्यादा मेपल ट्रीज नहीं है। जिन्ना कि मैंने पता आ सिर्फ शुगर मेपल है ट्री है जिंद वाइट वरायटी होंगी है कलर की, उन्होंने कलर रेंज बहुत ज़्यादा होंगी, रेड येलो ऑरेंज अलग अलग कलर होंगे आ। बाकी मोस्टली ट्रीज येलो तक हो जाते हैं, उस तो बाद झटने शुरू हो जाते हैं, तो शुगर मेपल के कलर्स बहुत ही ज़्यादा सोहने होंगे आ। कोई कोई ट्री है रस्ते से जो बिल्कुल पूरे रेड हुए हुए हैं, तुम्हें तो पता ही है कैनेडा का फ्लैग ही रेड आ, और रेड शुगर मेपल ट्री है, रेड शुगर मेपल लीफ हैगी जी विचकार तो वो तो आ फ्लैग के कलर भी उस बेस से आ। तो किसी किसी मतलब कोई कोई स्ट्रीट इदा आ जिन्हें पूरे पूरी स्ट्रीट तो सारे पेड़ ना मतलब रेड येलो या ऑरेंज ही हो गए, ग्रीन तो थोड़ा बहुत रेयर देखने को मिलेगा उ, बहुत सोहने लगते हैं। हम मैं तुरदी जा रही हाँ, पूरी ट्रेल हूँ सीधी मेन रोड तो निकलूगी जिते जिम जाना मैं, तो मैं वही देख रही हाँ कि बहुत वो मतलब सेंटर से ना विचकार पता नहीं कोई बैठा आ अंगीकार है, मतलब रोड के विचाले बैठे आ, वो पता नहीं बैठे बंदे बैठे आ या कुछ होर पे आया। जिमें मैं तुरी जानी हाँ तो मैं रस्ते से दिख रहे थे ये विचकार कोई बैठा आ, पता नहीं की कर रहे, बिल्कुल विचकार बैठे ट्रेल के, मतलब पता है वो उरे गड्डियां तो नहीं आनी है, लेकिन काफ़ी लोग साइकिल्स वगैरह लेके जाते हैं। आई डोंट नो विचकार बह के की कर रहे हैं, स्कूल के बच्चे होने या फिर कॉलेज वाले पता नहीं की करते पे है, मे बी फोटोशूट कर रहे हो कुछ नहीं पता, क्योंकि काफ़ी सोहना स्पॉट आ फोटोशूट वास्ते ये, जो तुम्हें फॉल का पूरा सैटअप चाहिए तो दिस इज़ द बेस्ट प्लेस टू हैव अ फोटोशूट। जिमें जिमें मैं नेड़े पहुँच रही हाँ आही लग रहा जिमें थोड़ी जी कुड़ियाँ चार पाँच कुड़ियाँ ने तो शायद फोटोशूट ही कर रही ने कुछ घर बह के। सो मैं जो दी ट्रेल से चलना शुरू किया उदों दी इत्थे ही बैठियां ने गोरियां ने चार पाँच, तो स्कूल वाले ही लग रहे हैं छोटे छोटे जे 14-15 साल के जवाक। करते पता नहीं की पे जवाक जे हूँ उठ के चल पे है, बिल्कुल न्याणे ही है क्या स्कूल वाले, गंद किन्ना पाया इन्होंने। तो वेख लो आ चार पांच स्कूल वाले न्याणे सीगे ते उरे बैठे हुए सीगे खा पी के अपना इत्थे ही समान सुट के चले गए। हुण कहण वाले हुंदे आ है ना वी इंडियनज आंदे आ उरे बच्चे हुंदे आ स्टूडेंट आंदे आ गंद पांदे आ ऐं करदे आ, इन्हां नूं रहना सहना नहीं आंदा ते हो नहीं हुंदा, ते आह गोरियां दे जवाकां ने किन्ना कि चन्न चाड़ता, इह वी आही कुछ करदे आ, बच्चे बच्चे ही हुंदे आ, ते जिहड़े स्टूडेंट्स वी आंदे आ ठीक आ मंदे आ सारे नहीं वधिया हुंदे, बहुत जणे हुंदे आ जिहड़े खलारे पा के रखदे आ गंद पांदे आ, लेकिन सारिआं नूं इक कैटेगरी च पाउणा चंगी गल नहीं हुंदी, सेम उही आ सब दा हिसाब किताब। तुसी किसी बंदे नूं मतलब उन्हां दी रेस एथनिसिटी दे बेसिक ते उन्हां नूं वो नहीं कर सकते, कैटेगराइज नहीं कर सकते, बेखलारे ही पाते हैं, लेकिन बहुत लोगों की मैंटैलिटी यह जी हो चुकी है हुण। सो इत्थे मेरी ट्रेल खत्म हुई आ, ते आह सामने रोड क्रॉस करके मेरा जिम आ, 2 किलोमीटर की वॉक सी, छोटी जी वॉक, कोई इन्ना ज़्यादा फर्क नहीं लगता, तो मौसम इंजॉय करते करते आराम नाल बंदा तुरदा तुरदा आ जाता, रिलैक्स हो जाता, अपना पूरे हफ्ते की थकान दूर हो जाती है। हम आह इंटरसैक्शन क्रॉस करनी है बस, तो इधर देखो तुम सारे रेड ट्रीज है, जिम्मे मैं काम पर जानी हूँ वो भी पूरी स्ट्रीट रेड ट्रीज नाल ही हैगी पूरी भरी हुई, ये बहुत सोहने लगते होंगे जब जाओ सवेरे सवेरे, मौसम माहौल बनया हों पूरा।
बस यह अक्टूबर सितंबर अक्टूबर का महीना शुरू होता ना, मेरा फेवरेट सीजन है यह फॉल। एक तो मौसम ठंडा हो जाता है, मैं ठंड बहुत पसंद है, तो लोग डेकोरेशन करनी शुरू कर देंगे, तो फिर उन्होंने क्रिसमस न्यू ईयर तक डेकोरेशन चली जानिया ने आले दुआले सारे पास। तो मतलब बहुत ही ज़्यादा सोहना सीजन लगता मैं यह। हाँ फाइनली आप पहुँच चुके हैं अपनी जिम, मैं जाना गुड लाइफ फिटनेस, तो उस तो बाद वर्कआउट करते हैं तो थोड़ा मिलते हैं वापसी च। तो देखते हैं जी शामी मौका लग्या, मैं घर से पेट्रोल भरन गई, थोनू आले दुआले होर पेड़ दिखाऊंगी बे, तो आप चलते हैं अपनी जिम, थोनू मिलते हैं बाद च, बाय। Here I am back from the gym after 2 hours and turns out those kids are still there. Wow. दो घंटे हो गए मैनू, 2 बजे तो 4 बजे तक ये उरे ही रुल रहे हैं हले तक। आई होप यू इंजॉय दिस रैंडम डे ऑफ माई लाइफ। तो मैं वापस आ चुकी हूँ जिम तो, अपना पानी खत्म कर दी हाँ, तो थोड़ा मिलते हैं नैक्सट ब्लॉग। बाय, सी यू, टेक केयर।